ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅੰਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਅੱਜ ਜਿਨ੍ਹਾਂ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਵੈਸੇ ਤਾਂ ਉਹ ਇੱਕ ਹਾਊਸਵਾਈਫ ਨੇ, ਇੱਕ ਮਦਰ ਵੀ ਨੇ, ਪਰ ਉਹਨਾਂ ਦੀ ਲਾਈਫ ਦੀ ਸਟਰਗਲ ਤੋਂ ਬਾਅਦ ਅੱਜ ਜਿਸ ਮੁਕਾਮ ਤੇ ਉਹ ਨੇ, ਉਹ ਸਾਡੇ ਸਾਰਿਆਂ ਲਈ ਇੱਕ ਮਿਸਾਲ ਬਣ ਚੁੱਕੇ ਨੇ। ਆਪਣੀ ਸਟਰਗਲ ਤੋਂ ਬਾਅਦ ਅੱਜ ਉਹ ਇੱਕ ਬਹੁਤ ਫੇਮਸ ਮਾਡਲ ਨੇ ਤੇ ਬਹੁਤ ਸਾਰੇ ਸ਼ੋਅਜ਼ ਵਿੱਚ ਜੱਜ ਵੀ ਕਰ ਚੁੱਕੇ ਨੇ। ਦਰਸ਼ਕੋ, ਮੈਂ ਗੱਲ ਕਰ ਰਹੀ ਹਾਂ ਚਰਨਪ੍ਰੀਤ ਕੌਰ ਜੀ ਦੀ, ਜਿਨ੍ਹਾਂ ਨੂੰ ਅਸੀਂ ਜੋਤੀ ਅਰੋੜਾ ਦੇ ਨਾਮ ਨਾਲ ਵੀ ਜਾਣਦੇ ਹਾਂ। ਆਓ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡਾ ਮੈਨੂੰ ਇੱਥੇ ਬੁਲਾਉਣ ਲਈ। ਜੀ ਮੈਮ, ਤੁਸੀਂ ਬਹੁਤ ਫੇਮਸ ਇੱਕ ਮਾਡਲ ਹੋ, ਪਰ ਤੁਸੀਂ ਆਪਣੀ ਜਿਹੜਾ ਕਰੀਅਰ ਹੈ ਉਹ ਆਪਣੇ ਵਿਆਹ ਤੋਂ ਬਾਅਦ ਸ਼ੁਰੂ ਕੀਤਾ। ਸ਼ੌਂਕ ਕਿਵੇਂ ਪੈਦਾ ਹੋਇਆ ਕਿ ਵਿਆਹ ਤੋਂ ਬਾਅਦ ਮਾਡਲਿੰਗ ਕਿਵੇਂ? ਦੇਖੋ, ਸ਼ੌਂਕ ਤਾਂ ਬਚਪਨ ਤੋਂ ਹੀ ਸੀਗਾ ਕਿ ਕੁਛ ਕਰ ਦਿਖਾਉਣਾ ਹੈ, ਕੁਛ ਕਰਨਾ ਹੈ। ਬਚਪਨ ਤੋਂ ਹੀ ਸਟੇਜ ਸ਼ੋਅਜ਼ ਕਰਦੀ ਸੀਗੀ, ਸਕੂਲ ਵਿੱਚ ਹਰ ਇੱਕ ਜਗ੍ਹਾ ਪਰਫਾਰਮ ਕਰਦੀ ਸੀਗੀ, ਤੇ ਵਿਆਹ ਤੋਂ ਬਾਅਦ ਮੌਕਾ ਲੱਗਿਆ ਤੇ ਇਹਨੂੰ ਵੀ ਅਸੀਂ ਅਜਮਾਇਆ। ਜੀ, ਤੇ ਜਦੋਂ ਤੁਸੀਂ ਸ਼ੁਰੂ ਕੀਤਾ, ਫੈਮਿਲੀ ਦਾ ਸਪੋਰਟ ਕਿੰਨਾ ਕਿ ਸੀਗਾ? ਫੈਮਿਲੀ ਨੇ ਬਹੁਤ ਸਪੋਰਟ ਕੀਤਾ, ਹਰ ਫੈਸਲੇ ਨੂੰ ਉਹਨਾਂ ਨੇ ਸਰਹਾਇਆ ਮੇਰੇ। ਉਹਨਾਂ ਨੇ ਕਿਹਾ, ਜੇ ਤੇਰਾ ਸ਼ੌਂਕ ਆ, ਤੇਰਾ ਸੁਪਨਾ ਤਾਂ ਤੂੰ ਜ਼ਰੂਰ ਪੂਰਾ ਕਰ, ਇਹਨੂੰ ਅੱਗੇ ਵੱਧ। ਜੀ, ਤੁਸੀਂ ਵਿਆਹ ਤੋਂ ਬਾਅਦ ਸਟੱਡੀਜ਼ ਵੀ ਆਪਣੀ ਕੰਪਲੀਟ ਕੀਤੀਆਂ, ਅਸੀਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ, ਉਦੋਂ ਤੁਸੀਂ ਦੱਸਿਆ, ਉਹ ਐਕਸਪੀਰੀਅੰਸ ਤੁਹਾਡਾ ਕਿਵੇਂ ਦਾ ਰਿਹਾ ਔਰ ਸਪੋਰਟ ਕਿਵੇਂ ਦਾ ਸੀ? ਉਹ ਐਕਸਪੀਰੀਅੰਸ ਵੀ ਲਾਈਫ ਦਾ ਬਹੁਤ ਵਧੀਆ ਰਿਹਾ ਮੇਰੇ ਲਈ, ਕਿਉਂਕਿ ਮੈਂ ਕਦੀ ਸੋਚਿਆ ਨਹੀਂ ਸੀਗਾ। ਇਹ ਦਿਲ ਵਿੱਚ ਇੱਕ ਇੱਛਾ ਸੀਗੀ ਕਿ ਹਾਂ, ਮੈਂ ਪੜ੍ਹਾਂ, ਬਹੁਤ ਪੜ੍ਹਾਂ, ਆਪਣੇ ਪਾਪਾ ਦਾ ਸੁਪਨਾ ਪੂਰਾ ਕਰਾਂ। ਤੇ ਉਹ ਵਿਆਹ ਤੋਂ ਬਾਅਦ ਵੀ ਮੈਨੂੰ ਲੱਗਦਾ ਨਹੀਂ ਸੀਗਾ ਕਿ ਮੈਂ ਕਦੀ ਪੂਰਾ ਕਰ ਸਕਦੀ ਹਾਂ, ਕਿਉਂਕਿ ਬਹੁਤ ਲੰਬਾ ਸੋਚਿਆ ਸੀ ਮੈਂ। ਜੀ, ਤੇ ਉਹ ਪੂਰਾ ਕਰ ਪਾਈ, ਉਹਦੇ ਲਈ ਬਹੁਤ ਸਾਰੀ ਮਿਹਨਤ ਕੀਤੀ, ਮੈਂ ਬਹੁਤ ਸਟਰਗਲ ਕੀਤਾ ਉਹਦੇ ਲਈ, ਬਹੁਤ ਰਾਤਾਂ ਮੈਂ ਜਾਗੀ ਜਿਹਦਾ ਫਲ ਮੈਨੂੰ ਮਿਲਿਆ। ਔਰ ਮੈਂ ਟ੍ਰਿਪਲ ਐਮਏ ਕੀਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਬਹੁਤ ਵਧੀਆ ਲੱਗਿਆ ਮੈਨੂੰ। ਜੀ, ਜੇ ਅਸੀਂ ਗੱਲ ਕਰੀਏ ਤੁਹਾਡੀ ਪਰਸਨਲ ਲਾਈਫ, ਉਹਦੇ ਵਿੱਚ ਤੁਸੀਂ ਇੱਕ ਮਦਰ ਵੀ ਹੋ, ਦੋ ਬੱਚੇ ਨੇ ਤੁਹਾਡੇ, ਤੇ ਇਨ-ਲੌਜ਼ ਵੀ ਨੇ, ਔਰ ਜੇ ਪ੍ਰੋਫੈਸ਼ਨਲੀ ਗੱਲ ਕਰੀਏ ਬਹੁਤ ਜ਼ਿਆਦਾ ਤੁਹਾਡਾ ਸ਼ੈਡਿਊਲ ਜਿਹੜਾ ਉਹ ਪੈਕਡ ਅਪ ਰਹਿੰਦਾ ਨਾ, ਤੇ ਕਿਵੇਂ ਮੈਨੇਜ ਕਰਦੇ ਹੋ ਤੁਸੀਂ? ਬਹੁਤ ਮੁਸ਼ਕਿਲ ਹੁੰਦਾ ਦੇਖੋ, ਲੇਕਿਨ ਇੱਕ ਔਰਤ ਸਭ ਕੁਛ ਕਰ ਸਕਦੀ ਏ, ਉਹ ਸਭ ਕੁਛ ਮੈਨੇਜ ਕਰ ਸਕਦੀ ਏ, ਆਪਣੇ ਬੱਚਿਆਂ ਨੂੰ ਵੀ, ਆਪਣੇ ਆਪ ਨੂੰ ਵੀ, ਆਪਣੇ ਪਰਿਵਾਰ ਨੂੰ ਵੀ, ਔਰ ਆਪਣੀ ਸੋਸ਼ਲ ਲਾਈਫ ਨੂੰ ਵੀ। ਮੈਂ ਵੀ ਬੜੀ ਅੱਛੀ ਤਰ੍ਹਾਂ ਉਹਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਜੀ, ਤੁਸੀਂ ਬਹੁਤ ਸਾਰੇ NGOs ਨਾਲ ਵੀ ਜੁੜੇ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ। ਹਾਂਜੀ, ਜ਼ਰੂਰ, ਮੈਂ ਬਹੁਤ ਸਾਰੇ NGOs ਨਾਲ ਜੁੜੀ ਹਾਂ। ਡਰੀਮ ਮੇਕਰਸ NGO ਹੈ ਜਿਹੜਾ ਕਿ ਦਿੱਲੀ ਦੇ ਵਿੱਚ ਹੈ, ਗੋਹਾਨਾ ਦੇ ਵਿੱਚ ਉਹਨਾਂ ਦਾ ਆਫਿਸ ਹੈ, ਉਹਦੀ ਮੈਂ ਨੈਸ਼ਨਲ ਡਿਪਟੀ ਡਾਇਰੈਕਟਰ ਵੀ ਹਾਂ। ਉਹਦੇ ਵਿੱਚ ਅਸੀਂ ਸਲਮਸ ਨਾਲ ਜੁੜੇ ਹਾਂ, ਸਲਮਸ ਦੀ ਹੈਲਪ ਕਰਦੇ ਹਾਂ, ਬੱਚਿਆਂ ਦੀ ਹੈਲਪ ਕਰਦੇ ਹਾਂ, ਐਜੂਕੇਸ਼ਨ ਵਿੱਚ ਅਸੀਂ, ਮਤਲਬ ਸਾਡਾ ਮੇਨ ਮਕਸਦ ਇਹੀ ਹੁੰਦਾ ਕਿ ਆਪਣੀ ਵੇਸਟ ਜਿਹੜੀ ਮਨੀ ਆ ਅਸੀਂ ਉਹਨੂੰ ਵੇਸਟ ਨਾ ਕਰਦੇ ਹੋਏ, ਅਸੀਂ ਜਿਹਨਾਂ ਨੂੰ ਲੋੜ ਹੈ, ਨੀਡੀ ਆ, ਉਹਨਾਂ ਦੀ ਹੈਲਪ ਕਰੀਏ, ਉਹਨਾਂ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦਈਏ ਉਹਨਾਂ ਨੂੰ, ਤਾਂ ਕਿ ਉਹਨਾਂ ਲਈ ਉਹ ਵੱਡੀ ਖੁਸ਼ੀ ਸਾਹਮਣੇ ਆਏ ਬਣ ਕੇ। ਉਹਨਾਂ ਨੂੰ ਸਟੱਡੀ ਵਿੱਚ ਹੈਲਪ ਕਰਨੀ, ਸਟੇਸ਼ਨਰੀ ਪ੍ਰੋਵਾਈਡ ਕਰਾਉਣੀ ਉਹਨਾਂ ਨੂੰ, ਹਰ ਇੱਕ ਜਗ੍ਹਾ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ। ਜੀ, ਜੇ ਅਸੀਂ ਗੱਲ ਕਰੀਏ, ਤੁਸੀਂ ਬਹੁਤ ਸਾਰੇ ਰਿਐਲਿਟੀ ਸ਼ੋਅਜ਼ ਜੱਜ ਕੀਤੇ, ਚਾਹੇ ਉਹ ਬੱਚਿਆਂ ਦੇ ਸੀਗੇ ਜਾਂ ਵੱਡਿਆਂ ਦੇ ਸੀਗੇ, ਤੁਹਾਡੇ ਹਿਸਾਬ ਨਾਲ ਕਿੰਨਾ ਕੁ ਸਕੋਪ ਹੈ ਰਿਐਲਿਟੀ ਸ਼ੋਅਜ਼ ਦਾ? ਬਹੁਤ ਅੱਛਾ, ਅੱਜ ਕੱਲ੍ਹ ਦੇਖੋ ਬੱਚੇ ਮਲਟੀ ਟੈਲੈਂਟਿਡ ਨੇ, ਉਹਨਾਂ ਨੂੰ ਚਾਹੀਦੀ ਹੈ ਇੱਕ ਐਸੀ ਸਟੇਜ ਜਿੱਥੇ ਉਹ ਆ ਕੇ ਪਰਫਾਰਮ ਕਰਨ ਅੱਛੇ ਲੈਵਲ 'ਤੇ ਹੋਏ। ਅੱਜ ਕੱਲ੍ਹ ਬਹੁਤ ਸਾਰੇ ਸ਼ੋਅਜ਼ ਹੋ ਰਹੇ ਆ, ਬੱਚਿਆਂ ਨੂੰ ਲੈ ਕੇ, ਵੱਡਿਆਂ ਨੂੰ ਲੈ ਕੇ, ਕੁੜੀਆਂ ਨੂੰ ਲੈ ਕੇ, ਔਰ ਵਿਆਹ ਤਾਂ ਔਰਤਾਂ ਨੂੰ ਲੈ ਕੇ ਵੀ ਬਹੁਤ ਸਾਰੇ ਸ਼ੋਅਜ਼ ਹੋ ਰਹੇ ਨੇ। ਕਿਤੇ ਨਾ ਕਿਤੇ ਬਹੁਤ ਅੱਗੇ ਲੈ ਕੇ ਜਾਂਦੇ ਆ ਇਹ ਸਾਨੂੰ, ਕਿਉਂਕਿ ਸਾਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਇੱਥੇ ਮੌਕਾ ਮਿਲਦਾ। ਜੇ ਇਹ ਨਾ ਹੁੰਦੇ ਤਾਂ ਸ਼ਾਇਦ ਮੈਂ ਵੀ ਇੱਥੇ ਨਾ ਹੁੰਦੀ, ਮੈਂ ਵੀ ਉਹਨਾਂ ਸ਼ੋਅਜ਼ ਵਿੱਚ ਪਾਰਟੀਸਪੇਟ ਕਰਕੇ ਹੀ ਅੱਜ ਇੱਥੇ ਪਹੁੰਚੀ ਹਾਂ। ਤਾਂ ਬਹੁਤ ਅੱਛਾ ਰੋਲ ਨਿਭਾਉਂਦੇ ਆ ਸਾਡੀ ਲਾਈਫ ਦੇ ਵਿੱਚ, ਸਾਨੂੰ ਬੜਾ ਅੱਛਾ ਪਲੇਟਫਾਰਮ ਦਿੰਦੇ ਆ ਆਪਣਾ ਟੈਲੈਂਟ ਨੂੰ ਸ਼ੋਅ ਕਰਨ ਦਾ। ਜੀ, ਤੁਸੀਂ ਬਹੁਤ ਸਾਰੇ ਸ਼ੋਅਜ਼ ਜੱਜ ਵੀ ਕੀਤੇ ਨੇ ਔਰ ਮਾਡਲਿੰਗ ਵੀ ਕੀਤੀ ਹੈ, ਤੁਹਾਡਾ ਆਪਣਾ ਫੇਵਰੇਟ ਪਾਰਟ ਕਿਹੜਾ ਹੈਗਾ, ਮਾਡਲਿੰਗ ਜਾਂ ਜੱਜਮੈਂਟ? ਬਹੁਤ ਅੱਛਾ ਹੈ ਵੈਸੇ ਤਾਂ, ਦੋਨੋਂ ਜਗ੍ਹਾ ਹੀ ਬਹੁਤ ਵਧੀਆ। ਦੇਖੋ, ਜਦੋਂ ਮੈਂ ਮਾਡਲਿੰਗ ਕਰਦੀ ਸੀ ਤਾਂ ਲੱਗਦਾ ਸੀ ਮੈਂ ਕਦੀ ਜੱਜ ਬਣਾ, ਅੱਜ ਜਦੋਂ ਜੱਜ ਬਣਦੀ ਆ ਤਾਂ ਲੱਗਦਾ ਮਾਡਲਿੰਗ ਲਾਈਫ ਜ਼ਿਆਦਾ ਅੱਛੀ ਸੀਗੀ, ਕਿਉਂਕਿ ਉੱਥੇ ਅਸੀਂ ਪਰਫਾਰਮ ਕਰਨਾ ਹੈ ਔਰ ਚਲੇ ਜਾਣਾ ਬਸ। ਜੱਜਮੈਂਟ ਦੇ ਵਿੱਚ ਛੋਟੇ ਛੋਟੇ ਪੁਆਇੰਟਸ ਲੈ ਕੇ ਬਹੁਤ ਕੁਛ ਦੇਖਣਾ ਪੈਂਦਾ ਕਿ ਕਿਤੇ ਸਾਡੀ ਜੱਜਮੈਂਟ ਗਲਤ ਨਾ ਹੋ ਜਾਏ, ਕਿਤੇ ਕੋਈ ਟੈਲੈਂਟਿਡ ਬੱਚਾ ਪਿੱਛੇ ਨਾ ਰਹਿ ਜਾਏ ਸਾਡੇ ਕਰਕੇ, ਸਾਡੇ ਪੁਆਇੰਟਸ ਦੇ ਕਰਕੇ, ਤੇ ਜ਼ਿੰਮੇਵਾਰੀ ਜ਼ਿਆਦਾ ਹੈ ਜੱਜਮੈਂਟ ਵੱਲ। ਜੀ, ਤੁਹਾਨੂੰ ਡਰ ਲੱਗਦਾ ਕਈ ਵਾਰੀ ਜੱਜਮੈਂਟ ਕਰਦੇ ਹੋਏ? ਬਹੁਤ ਵਾਰ ਇੱਦਾਂ ਲੱਗਦਾ ਕਿ ਹਾਂ, ਮੇਰੀ ਵਜ੍ਹਾ ਤੋਂ ਕੋਈ ਬੱਚਾ ਪਿੱਛੇ ਨਾ ਰਹਿ ਜਾਏ ਜਾਂ ਕੋਈ ਔਰਤ ਪਿੱਛੇ ਨਾ ਰਹਿ ਜਾਏ ਮੇਰੇ ਕਰਕੇ, ਮੈਨੂੰ ਕੋਈ ਨਾ ਕਹੇ ਕਿ ਹਾਂ। ਮੈਂ ਬੜੀ ਛੋਟੀ ਬਾਰੀਕੀਆਂ ਨਾਲ ਦੇਖਣ ਦੀ ਕੋਸ਼ਿਸ਼ ਕਰਦੀ ਹਾਂ ਔਰ ਫੇਅਰ ਜੱਜਮੈਂਟ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਜੀ, ਤੁਹਾਨੂੰ ਬਹੁਤ ਸਾਰੇ ਅਵਾਰਡਸ ਵੀ ਮਿਲੇ ਨੇ ਤੇ ਵੁਮੈਨਸ ਡੇ ਤੇ ਵੀ ਮਿਲੇ, ਇੰਟਰਨੈਸ਼ਨਲ, ਨੈਸ਼ਨਲ, ਬਹੁਤ ਸਾਰੇ ਅਵਾਰਡਸ ਮਿਲੇ, ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿ ਇੰਨੀ ਸਟਰਗਲ ਤੋਂ ਬਾਅਦ ਇੰਨੇ ਸਾਰੇ ਅਵਾਰਡਸ, ਕਿਵੇਂ ਦਾ ਲੱਗਿਆ ਤੁਹਾਨੂੰ?
ਬਹੁਤ ਵਧੀਆ ਲੱਗਿਆ। ਦੇਖੋ ਜਦੋਂ ਸਾਨੂੰ ਸਾਡੀ ਚੀਜ਼ ਦਾ ਫਲ ਮਿਲਦਾ ਤਾਂ ਓਬਵੀਅਸਲੀ ਬਹੁਤ ਅੱਛਾ ਲੱਗਦਾ। ਮੈਨੂੰ ਵੀ ਬਹੁਤ ਹੀ ਵਧੀਆ ਲੱਗਿਆ ਜਦੋਂ ਮੈਨੂੰ ਆਪਣਾ ਉਸ ਚੀਜ਼ ਦਾ ਫਲ ਮਿਲਿਆ, ਮੈਨੂੰ ਪਹਿਲਾ ਅਵਾਰਡ ਮਿਲਿਆ ਤਾਂ ਅਸੀਂ ਸਭ ਪਰਿਵਾਰ ਉੱਥੇ ਗਏ। ਬਹੁਤ ਵਧੀਆ ਰਿਹਾ ਮੇਰੇ ਲਈ, ਮੇਰੇ ਬੱਚੇ ਬਹੁਤ ਖੁਸ਼ ਸੀਗੇ, ਮੈਂ ਬਹੁਤ ਖੁਸ਼ ਸੀਗੀ। ਉਸ ਤੋਂ ਬਾਅਦ ਤਾਂ ਮਤਲਬ ਬਹੁਤ ਸਾਰੇ ਅਵਾਰਡਸ ਮੈਨੂੰ ਮਿਲ ਗਏ, ਨੈਸ਼ਨਲ ਵੀ ਮਿਲੇ, ਇੰਟਰਨੈਸ਼ਨਲ ਵੀ ਮਿਲੇ, ਬਹੁਤ ਵਧੀਆ ਲੱਗਦਾ। ਜੀ, ਤੁਹਾਡੀ ਫੈਮਿਲੀ ਦਾ ਕੀ ਰਿਐਕਸ਼ਨ ਸੀਗਾ, ਇਨ ਲਾਜ਼ ਦਾ ਖਾਸ ਕਰਕੇ? ਬਹੁਤ ਵਧੀਆ। ਪਹਿਲੇ ਤਾਂ ਦੇਖੋ ਹਰ ਕੋਈ ਇਹੀ ਕਹਿੰਦਾ ਹੁੰਦਾ ਕਿ ਨਹੀਂ ਘਰ ਦੇ ਕੰਮ ਪਹਿਲ ਹੈ, ਸਭ ਕੁਝ ਪਹਿਲੇ ਹੈ, ਲੇਕਿਨ ਜਦੋਂ ਤੁਹਾਨੂੰ ਫਲ ਮਿਲਦਾ, ਦੂਸਰੇ ਲੋਕ ਤੁਹਾਡੀ ਤਾਰੀਫ ਕਰਦੇ ਆ ਤਾਂ ਘਰ ਦੇ ਵੀ ਫਿਰ ਬਹੁਤ ਪ੍ਰਾਊਡ ਫੀਲ ਕਰਦੇ ਆ। ਤੇ ਹਸਬੈਂਡ ਤਾਂ ਪਹਿਲੇ ਤੋਂ ਹੀ ਬਹੁਤ ਸਪੋਰਟਿਵ ਹੈ, ਹਮੇਸ਼ਾ ਹੀ ਉਹ ਮੇਰੇ ਨਾਲ ਰਹਿੰਦੇ ਆ। ਇਨ ਲਾਜ਼ ਵੀ ਬਹੁਤ ਸਪੋਰਟਿਵ ਹੈ, ਬਹੁਤ ਖੁਸ਼ ਹੁੰਦੇ ਆ ਉਹ ਵੀ। ਜੀ, ਜੇ ਅਸੀਂ ਗੱਲ ਕਰੀਏ ਐਜ਼ ਅ ਮਦਰ, ਜੇ ਤੁਹਾਡੇ ਦੋ ਬੱਚੇ ਨੇ, ਐਜ਼ ਅ ਮਦਰ ਜੇ ਉਹਨਾਂ ਨੂੰ ਤੁਹਾਡੀ ਕਦੀ ਲੋੜ ਪਵੇ ਤੇ ਔਰ ਕਰੀਅਰ ਵਿੱਚ ਚੂਜ਼ ਕਰਨਾ ਪਵੇ ਤੇ ਕੀ ਚੂਜ਼ ਕਰੋਗੇ? ਓਬਵੀਅਸਲੀ ਬੱਚੇ ਪਹਿਲੇ, ਫੈਮਿਲੀ ਫਸਟ। ਜੀ, ਤੇ ਜੇ ਅਸੀਂ ਗੱਲ ਕਰੀਏ, ਬਹੁਤ ਸੇ ਮਾਡਲ ਅਸੀਂ ਦੇਖਦੇ ਹਾਂ ਉਹ ਅੱਗੇ ਫਿਲਮਸ ਵਿੱਚ ਆਉਂਦੇ ਆ ਜਾਂ ਵੀਡੀਓ ਸੌਂਗਸ ਵਿੱਚ ਆਉਂਦੇ ਆ, ਤੁਹਾਡਾ ਕੀ ਪਲਾਨ ਹੈ? ਮੈਂ ਵੀ ਇਹੀ ਅੱਛੇ ਮਤਲਬ ਸੌਂਗਸ, ਬਹੁਤ ਸਾਰੇ ਆਫਰਸ ਹੋਏ ਆ, ਲੇਕਿਨ ਮੈਂ ਚਾਹੁੰਦੀ ਹਾਂ ਅੱਛਾ ਹੋਏ, ਸਾਫ਼ ਸੁਥਰਾ ਹੋਏ, ਜਿਹਨੂੰ ਪਰਿਵਾਰ ਵਿੱਚ ਰਹਿ ਕੇ ਸਭ ਲੋਕ ਦੇਖ ਸਕਣ ਔਰ ਮੇਰੇ ਤੇ ਮਾਣ ਕਰ ਸਕਣ। ਅੱਜ ਇੱਕ ਮੇਰੀ ਇਮੇਜ ਬਣ ਗਈ ਹੈ, ਉਹਨੂੰ ਮੈਂ ਖਰਾਬ ਨਹੀਂ ਕਰਨਾ ਚਾਹੁੰਦੀ, ਮੈਂ ਚਾਹੁੰਦੀ ਹਾਂ ਉਹਨੂੰ ਹੋਰ ਨਿਖਾਰਾਂ, ਹੋਰ ਵਧੀਆ ਰਹੇ ਤੇ ਅੱਛਾ ਹੀ ਕਰਨਾ ਚਾਹੁੰਦੀ ਹਾਂ। ਜੀ, ਤੁਸੀਂ ਦੱਸਿਆ ਕਿ ਇੱਕ ਤੁਹਾਡੀ ਇਮੇਜ ਬਣ ਚੁੱਕੀ ਹੈ, ਜੇ ਵਿਆਹ ਤੋਂ ਪਹਿਲੇ ਦੀ ਲਾਈਫ ਦੇਖੀਏ ਜਾਂ ਜਦੋਂ ਤੁਸੀਂ ਸਟਰਗਲ ਕਰ ਰਹੇ ਸੀ, ਇੱਕ ਨੋਰਮਲ ਇਨਸਾਨ ਸੀ ਤੁਸੀਂ, ਹੁਣ ਤੁਸੀਂ ਇੱਕ ਸੈਲੀਬ੍ਰਿਟੀ ਬਣ ਚੁੱਕੇ ਹੋ, ਤੁਹਾਨੂੰ ਆਪਣੇ ਆਪ 'ਚ ਕਿੰਨਾ ਕੁ ਚੇਂਜ ਜਾਂ ਕਿੰਨਾ ਕੁ ਆਪਣੀ ਲਾਈਫ 'ਚ ਚੇਂਜ ਲੱਗਦਾ? ਬਹੁਤ ਜ਼ਿਆਦਾ ਚੇਂਜਿਸ ਆਏ ਨੇ ਮੇਰੀ ਲਾਈਫ ਵਿੱਚ। ਜੇ ਮੈਂ ਕਹਾਂ ਵਿਆਹ ਤੋਂ ਬਾਅਦ, ਬਹੁਤ ਸਾਰਾ, ਮੇਰਾ ਦੂਸਰਾ ਜਨਮ ਹੋਇਆ ਵਿਆਹ ਤੋਂ ਬਾਅਦ, ਜਿਹਨੂੰ ਮੈਂ ਬੜਾ ਅੱਛੇ ਤਰੀਕੇ ਨਾਲ ਜੀ ਪਾ ਰਹੀ ਹਾਂ, ਹਰ ਇੱਕ ਦਿਨ ਇੰਜੋਏ ਕਰਦੀ ਹਾਂ, ਸ਼ੁਕਰ ਹੈ ਉਸ ਪਰਮਾਤਮਾ ਦਾ। ਬਹੁਤ ਸਾਰੇ ਚੇਂਜਿਸ ਆਏ ਮੇਰੀ ਲਾਈਫ ਵਿੱਚ, ਫਿਜ਼ੀਕਲੀ ਵੀ ਮੈਂ ਬਹੁਤ ਜ਼ਿਆਦਾ ਮੋਟੀ ਸੀਗੀ, ਬਹੁਤ ਜ਼ਿਆਦਾ ਆਪਣਾ ਵੇਟ ਘਟਾਇਆ, ਬਹੁਤ ਕੁਝ ਕੀਤਾ ਲਾਈਫ ਵਿੱਚ, ਬਹੁਤ ਵਧੀਆ ਅਵਲਾ, ਹੁਣ ਮੈਨੂੰ ਟਾਈਮ ਬਹੁਤ ਅੱਛਾ ਲੱਗਦਾ। ਜੀ, ਤੇ ਜੇ ਅਸੀਂ ਗੱਲ ਕਰੀਏ ਰੋਲ ਮਾਡਲਸ ਦੀ, ਪ੍ਰੋਫੈਸ਼ਨਲੀ ਪੁੱਛਾਂ ਤੇ ਰੋਲ ਮਾਡਲ ਤੁਹਾਡੇ ਕੌਣ ਨੇ, ਚਾਹੇ ਉਹ ਮੂਵੀਜ਼ ਵਿੱਚ ਹੋਣ ਜਾਂ ਮਾਡਲਿੰਗ ਵਿੱਚ ਹੋਣ, ਕੌਣ ਨੇ? ਹਰ ਜਗ੍ਹਾ ਦੇਖੋ ਮੇਰੀ, ਪਹਿਲੇ ਤਾਂ ਮੇਰੇ ਮਦਰ ਬਹੁਤ ਵੱਡੇ ਮੇਰੇ ਰੋਲ ਮਾਡਲ ਨੇ, ਮੈਂ ਚਾਹੁੰਦੀ ਸੀ ਮੈਂ ਆਪਣੇ ਮੰਮਾ ਦੀ ਤਰ੍ਹਾਂ ਬਣਾ, ਉਹਨਾਂ ਤੋਂ ਬਹੁਤ ਕੁਝ ਸਿੱਖਿਆ ਸੀ। ਜੀ, ਤੇ ਉਸ ਤੋਂ ਬਾਅਦ ਗੁਣਪ੍ਰੀਤ ਕਾਲੋ ਕੋਹਲੀ ਜੀ, ਜਿਹੜੇ ਕਿ ਮੇਰੇ ਮੈਂਟਰ ਨੇ, ਜਿਹੜੇ ਮੈਨੂੰ ਗਾਈਡ ਕਰਦੇ ਆ ਹਮੇਸ਼ਾ ਹੀ, ਮੇਰੇ ਹਸਬੈਂਡ ਤੋਂ ਬਹੁਤ ਜ਼ਿਆਦਾ ਕੁਛ ਮੈਂ ਸਿੱਖਦੀ ਹਾਂ, ਹਰ ਇੱਕ ਚੀਜ਼ ਤੋਂ ਮੈਂ, ਛੋਟੀ ਛੋਟੀ ਚੀਜ਼ ਤੋਂ ਸਿੱਖਦੀ ਹਾਂ, ਮੈਨੂੰ ਲੱਗਦਾ ਕੁਛ ਵੀ ਮਿਲਦਾ ਤਾਂ ਉਹਨੂੰ ਗਿਆਨ ਨੂੰ ਬਟੋਰ ਲਓ ਬਸ ਹਰ ਜਗ੍ਹਾ ਤੋਂ। ਜਿਹੜੀ ਇੱਕ ਬੁੱਕ ਦੀ ਅਸੀਂ ਗੱਲ ਕਰ ਰਹੇ ਸੀਗੇ ਆਫ ਦੀ ਕੈਮਰਾ, ਉਹਦੇ ਵਿੱਚ ਵੀ ਤੁਹਾਡਾ ਨਾਮ ਰਿਕਮੈਂਡ ਹੈ, ਉਹਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ? ਬਹੁਤ ਵਧੀਆ ਰਿਹਾ, ਮੇਰਾ 50 ਮੋਸਟ ਇਨਫਲੂਐਂਸ਼ੀਅਲ ਇੰਡੀਅਨ ਵੂਮੈਨ ਵਿੱਚ ਨਾਮ ਆਇਆ, ਤਾਂ ਮੈਨੂੰ ਬਹੁਤ ਵੱਡਾ ਮਾਣ ਮਹਿਸੂਸ ਹੋਇਆ ਉਸ ਟਾਈਮ, ਕਿਉਂਕਿ ਇਹਦੇ ਵਿੱਚ ਇੰਨੀਆਂ ਮਹਾਨ ਹਸਤੀਆਂ ਨੇ ਕਿ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟੀ ਹਾਂ। ਜੀ, ਇਹਦੇ ਵਿੱਚ ਕਿਰਨ ਖੇਰ ਮੈਮ, ਸੁਨੀਤਾ ਧੀਰ ਮੈਮ, ਮੈਰੀ ਕੌਮ, ਕਿਰਨ ਬੇਦੀ ਮੈਮ, ਬਹੁਤ ਸਾਰੇ ਨੇ ਮਹਾਨ ਹਸਤੀਆਂ ਸੀ ਇਹਦੇ ਵਿੱਚ, ਤੇ ਬਹੁਤ ਵਧੀਆ ਲੱਗਿਆ ਮੈਨੂੰ, ਮਾਣ ਮਹਿਸੂਸ ਹੋਇਆ ਜਿਸ ਦਿਨ ਮੇਰੀ ਬਾਇਓਗ੍ਰਾਫੀ ਇਹਦੇ ਲਈ ਸਿਲੈਕਟ ਹੋਈ। ਜੀ, ਇਹ ਪ੍ਰੋਸੈਸ ਕਿਵੇਂ ਦਾ ਹੋਇਆ, ਤੁਹਾਨੂੰ ਕਿਹਨਾਂ ਨੇ ਅਪਰੋਚ ਕੀਤਾ? ਮਤਲਬ ਮੈਂ ਪਹਿਲੇ ਮਿਸਿਸ ਨਾਰਥ ਇੰਡੀਆ ਵਿੱਚ ਪਾਰਟੀਸਪੇਟ ਕੀਤਾ, ਜਦੋਂ ਜਾ ਕੇ ਮੈਂ ਉੱਥੇ ਆਪਣੀ ਇੰਟਰੋਡਕਸ਼ਨ ਰਾਊਂਡ ਵਿੱਚ ਇੰਟਰੋਡਕਸ਼ਨ ਦਿੱਤੀ ਕਿ ਹਾਂ ਮੈਂ ਵਿਆਹ ਤੋਂ ਬਾਅਦ, ਮੈਂ 18 ਸਾਲਾਂ ਦੀ ਉਮਰ 'ਚ ਵਿਆਹ ਹੋ ਗਿਆ ਮੇਰਾ, ਤਾਂ ਉਸ ਤੋਂ ਬਾਅਦ ਮੈਂ ਇੰਨਾ ਕੁਛ ਅਚੀਵ ਕੀਤਾ, ਤਾਂ ਉਹਨਾਂ ਨੇ ਮੈਨੂੰ, ਮੈਮ ਨੇ ਕਿਹਾ ਤੂੰ ਚਰਨ ਆਪਣੀ ਬਾਇਓਗ੍ਰਾਫੀ ਲਿਖ ਕੇ ਦਿਓ ਹਮੇ, ਤਾਂ ਮੈਂ ਵੀ ਹਾਸੇ ਹਾਸੇ ਵਿੱਚ ਲਿਖ ਕੇ ਉਹਨਾਂ ਨੂੰ ਸੈਂਡ ਕਰ ਦਿੱਤੀ। ਮੈਨੂੰ ਮਤਲਬ 2-3 ਮਹੀਨੇ ਬਾਅਦ ਆਇਆ ਕਿ ਤੁਹਾਡੀ ਬਾਇਓਗ੍ਰਾਫੀ ਸਿਲੈਕਟ ਹੋ ਗਈ, ਇੱਦਾਂ ਕਿਤਾਬ ਲਈਏ, ਤਾਂ ਉਸ ਦਿਨ ਮੇਰੇ ਪੈਰ ਧਰਤੀ ਤੇ ਨਹੀਂ ਸੀਗੇ। ਜੀ, ਮੈਂ ਆਪਣੇ ਹਸਬੈਂਡ ਨੂੰ ਦੱਸਿਆ ਇੱਦਾਂ ਮੇਰੀ ਕਿਤਾਬ ਵਿੱਚ ਆ ਰਹੀ ਹੈ ਬਾਇਓਗ੍ਰਾਫੀ, ਬਹੁਤ ਖੁਸ਼ ਹੋਏ, ਤੇ ਕੌਨਸਟੀਟਿਊਸ਼ਨ ਕਲੱਬ ਆਫ ਇੰਡੀਆ ਦੇ ਵਿੱਚ, ਦਿੱਲੀ ਦੇ ਵਿੱਚ ਇਹ ਬੁੱਕ ਲਾਂਚ ਹੋਈ, ਅਮਰ ਸਿੰਘ ਜੀ ਨੇ ਇਹਨੂੰ ਲਾਂਚ ਕੀਤਾ, ਬਹੁਤ ਵਧੀਆ ਲੱਗਿਆ ਮੈਨੂੰ। ਜੀ, ਜੇ ਅਸੀਂ ਗੱਲ ਕਰੀਏ ਤੁਹਾਡੀ ਅਚੀਵਮੈਂਟਸ ਦੀ, ਬਹੁਤ ਵਾਰੀ ਅਸੀਂ ਦੇਖਦੇ ਹਾਂ ਮੈਗਜ਼ੀਨ ਵਿੱਚ ਤੁਹਾਡੀ ਅਚੀਵਮੈਂਟਸ ਆਉਂਦੀਆਂ, ਹਾਂਜੀ, ਉਦੋਂ ਤੁਹਾਨੂੰ ਕਿੰਨਾ ਕੁ ਪ੍ਰਾਊਡ ਹੁੰਦਾ ਜਾਂ ਤੁਹਾਡੇ ਬੱਚਿਆਂ ਦਾ ਕੀ ਰਿਐਕਸ਼ਨ ਹੁੰਦਾ? ਬਹੁਤ ਵਧੀਆ ਲੱਗਦਾ, ਮੇਰੇ ਬੱਚੇ ਹਮੇਸ਼ਾ ਸਕੂਲ ਲੈ ਕੇ ਜਾਂਦੇ ਆ ਆਪਣੇ, ਮੇਰੇ ਮੈਗਜ਼ੀਨਸ ਨੂੰ ਹਰ ਇੱਕ ਜਗ੍ਹਾ ਪ੍ਰਮੋਟ ਕਰਦੇ ਆ ਕਿ ਅੱਜ ਮੇਰੇ ਮੰਮਾ ਦਾ ਨਿਊਜ਼ ਪੇਪਰ ਵਿੱਚ ਆਇਆ, ਅੱਜ ਮੇਰੇ ਮੰਮਾ ਇਸ ਚੈਨਲ ਤੇ ਆਏ, ਬਹੁਤ ਖੁਸ਼ ਹੁੰਦੇ ਆ ਬੱਚੇ। ਜੀ, ਤੁਹਾਡੀ ਆਪਣੀ ਪਰਸਨਲ ਫੀਲਿੰਗ ਕੀ ਹੁੰਦੀ ਹੈ? ਬਹੁਤ ਵਧੀਆ ਲੱਗਦਾ ਮੈਨੂੰ ਵੀ, ਕਈ ਵਾਰੀ ਲਾਈਵ ਸ਼ੋਜ਼ ਹੁੰਦੇ ਆ ਤਾਂ ਮੈਂ ਦੇਖ ਨਹੀਂ ਪਾਉਂਦੀ ਹਾਂ, ਮੈਂ ਰਿਪੀਟ ਦੇਖਣ ਦੀ ਕੋਸ਼ਿਸ਼ ਕਰਦੀ ਹਾਂ, ਫਿਰ ਆਪਣੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰਦੀ ਹਾਂ, ਬਹੁਤ ਵਧੀਆ ਲੱਗਦਾ ਮੈਨੂੰ ਇਹ ਲਾਈਨ, ਬਹੁਤ ਵਧੀਆ ਲੱਗਦੀ ਹੈ। ਇੰਨੀ ਸਟਰਗਲ ਤੋਂ ਬਾਅਦ ਜੋ ਤੁਸੀਂ ਅਚੀਵਮੈਂਟ ਲਿੱਤੀਆਂ ਨੇ, ਤੁਹਾਨੂੰ ਲੱਗਦਾ ਕਿ ਹੁਣ ਇਹ ਸਟੇਬਲ ਹੈ ਮੇਰੀ ਲਾਈਫ ਵਿੱਚ ਜਾਂ ਮੈਂ ਖੁਸ਼ ਹਾਂ ਆਪਣੀ ਲਾਈਫ ਤੋਂ ਜਾਂ ਅੱਗੇ ਹੋਰ ਕੀ ਕਰਨਾ ਚਾਹੁੰਦੇ ਹੋ? ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮੈਂ ਹਰ ਇੱਕ ਚੀਜ਼ ਤੋਂ ਖੁਸ਼ ਹੁੰਦੀ ਹਾਂ, ਛੋਟੀ ਛੋਟੀ ਚੀਜ਼ ਤੋਂ, ਹਰ ਇੱਕ ਦਿਨ ਨੂੰ ਇੰਜੋਏ ਕਰਦੀ ਹਾਂ, ਇਹ ਸਮਝ ਕੇ ਕਿ ਅੱਜ ਮੇਰੀ ਲਾਈਫ ਦਾ ਲਾਸਟ ਡੇ ਹੈ, ਹਮੇਸ਼ਾ ਇਸ ਤਰ੍ਹਾਂ ਜੀਣ ਦੀ ਕੋਸ਼ਿਸ਼ ਕਰਦੀ ਹਾਂ ਕਿ ਅੱਜ ਆਖਰੀ ਹੈ, ਬਸ ਇਹਨੂੰ ਜੀ ਲਓ ਜਿੱਦਾਂ ਵੀ ਜੀਣਾ ਚਾਹੀਦਾ।
ਤੇ ਹਮੇਸ਼ਾ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਹਰ ਦਿਨ ਖੁਸ਼ ਰਹਿੰਦੀ ਹਾਂ। ਜੀ, ਜੇ ਅਸੀਂ ਗੱਲ ਕਰੀਏ ਫਿਊਚਰ ਪਲਾਨਸ ਦੀ, ਅੱਗੇ ਕੀ ਕੁਛ ਤੁਸੀਂ ਸੋਚ ਰਹੇ ਹੋ ਆਪਣੀ ਲਾਈਫ ਵਿੱਚ ਕਰਨ ਬਾਰੇ, ਚਾਹੇ ਮਾਡਲਿੰਗ ਹੋਵੇ ਜਾਂ ਜਜਮੈਂਟਸ ਹੋਣ, ਕੀ ਸੋਚ ਰਹੇ ਹੋ? ਮੈਂ ਅੱਛੀ ਮੂਵੀ ਕੋਈ ਆਏਗੀ ਤਾਂ ਜ਼ਰੂਰ ਕਰਾਂਗੀ, ਉਹਦੇ ਲਈ ਵੀ ਟਰਾਈ ਕਰਾਂਗੀ। ਔਰ ਆਪਣੇ ਐਨ ਜੀ ਓਜ਼ ਨਾਲ ਜੁੜ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਮੈਂ ਚਾਹੁੰਦੀ ਹਾਂ ਉਹਨਾਂ ਬੱਚਿਆਂ ਲਈ ਵੀ ਮੈਂ ਕੁਛ ਕਰਾਂ, ਚਾਹੇ ਉਹ ਮਦਰਸ ਨੇ, ਦੇਖੋ ਓਲਡ ਏਜ ਹੋਮਸ ਵਿੱਚ ਅਸੀਂ ਜਾਂਦੇ ਹਾਂ, ਉਹਨਾਂ ਮਾਵਾਂ ਲਈ ਕੁਛ ਕਰੀਏ ਜਿਹੜੇ ਕਿ ਬੱਚੇ ਆਪਣੇ ਪੇਰੈਂਟਸ ਨੂੰ ਆਪਣੇ ਆਪ ਉੱਪਰ ਬੋਝ ਸਮਝਦੇ ਆ, ਉਹਨਾਂ ਨੂੰ ਅਨਾਥ ਆਸ਼ਰਮ ਛੋੜ ਜਾਂਦੇ ਆ, ਉਹਨਾਂ ਬੱਚਿਆਂ ਨੂੰ ਅਨਾਥ ਆਸ਼ਰਮ ਛੱਡ ਜਾਂਦੇ ਆ, ਇਹ ਵੀ ਰੱਬ ਦਾ ਇੱਕ ਮਿਹਰ ਹੈ। ਦੇਖੋ ਉਹਨਾਂ ਨੂੰ ਵੀ ਕਿਸੇ ਪਿਆਰ ਦੀ ਲੋੜ ਹੈ। ਜੇਕਰ ਅਸੀਂ ਲੋਕ ਉਹਨਾਂ ਨਾਲ ਛੋਟੇ ਛੋਟੇ ਸੈਲੀਬ੍ਰੇਟ ਕਰਨ ਜਾਵਾਂਗੇ ਦਿਨ, ਤਾਂ ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਹੈ। ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸਲਮਸ ਵਿੱਚ ਜਾ ਕੇ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਦੀ ਹਾਂ, ਆਪਣਾ ਬਰਥਡੇ ਸੈਲੀਬ੍ਰੇਟ ਕਰਦੀ ਹਾਂ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਉਸ ਨਾਲ। ਮੈਂ ਆਪਣੇ ਹਸਬੈਂਡ ਨੂੰ ਬੋਲਦੀ ਹਾਂ ਕਿ ਮੇਰੇ ਲਈ ਪਾਰਟੀ ਔਰਗਨਾਈਜ਼ ਨਹੀਂ ਕਰੋ, ਮੈਨੂੰ ਉੱਥੇ ਲੈ ਕੇ ਜਾਓ ਜੀ, ਮੈਂ ਉੱਥੇ ਸੈਲੀਬ੍ਰੇਟ ਕਰਾਂ, ਕਿਉਂਕਿ ਜੋ ਉਹ ਦੁਆਵਾਂ ਮੈਨੂੰ ਦਿੰਦੇ ਹੈ ਉਹਨਾਂ ਕਰਕੇ ਹੀ ਸ਼ਾਇਦ ਮੈਂ ਇੱਥੇ ਹਾਂ ਅੱਜ। ਬਿਲਕੁਲ ਮੈਮ, ਤੁਸੀਂ ਆਪ ਵੀ ਬਹੁਤ ਸਾਰੇ ਲੋਕਾਂ ਦੇ ਲਈ ਇੰਸਪੀਰੇਸ਼ਨ ਹੋ, ਰੋਲ ਮਾਡਲ ਹੋ। ਤੇ ਜੇ ਅਸੀਂ ਗੱਲ ਕਰੀਏ ਇੱਕ ਮੈਸੇਜ ਦੀ, ਕੀ ਮੈਸੇਜ ਤੁਸੀਂ ਦੇਣਾ ਚਾਹੋਗੇ ਗਰਲਸ ਨੂੰ ਜਾਂ ਲੇਡੀਜ਼ ਨੂੰ ਜੋ ਸਾਨੂੰ ਦੇਖ ਰਹੇ ਨੇ? ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦੀ ਹਾਂ, ਕੁੜੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਪੂਰਾ ਹੱਕ ਹੈ, ਆਪਣੇ ਸੁਪਨਿਆਂ ਨੂੰ ਜੀਓ, ਆਪਣੇ ਸੁਪਨਿਆਂ ਨੂੰ ਪੂਰਾ ਕਰੋ, ਇਹਨਾਂ ਨੂੰ ਅੱਗੇ ਲੈ ਕੇ ਆਓ, ਇੱਕ ਰਾਈਟ ਪਲੈਟਫਾਰਮ ਤੇ ਲੈ ਕੇ ਆਓ, ਤਾਂ ਕਿ ਤੁਹਾਨੂੰ ਅੱਛਾ ਪਲੈਟਫਾਰਮ ਮਿਲੇ, ਤੁਸੀਂ ਉੱਥੇ ਆਪਣਾ ਟੈਲੈਂਟ ਸ਼ੋਅ ਕਰੋ ਤੇ ਆਪਣੇ ਸੁਪਨੇ ਪੂਰੇ ਕਰੋ ਜੀ। ਬਟ ਫੈਮਿਲੀ ਦੀ ਸਪੋਰਟ ਨਾਲ, ਫੈਮਿਲੀ ਦੀ ਸਪੋਰਟ ਨਾਲ, ਔਰ ਪੜ੍ਹਾਈ ਵੀ ਪਹਿਲੇ ਕਰੋ, ਐਜੂਕੇਸ਼ਨ ਬਹੁਤ ਜ਼ਰੂਰੀ ਹੈ ਜੀ। ਮੈਮ ਤੁਸੀਂ ਸਾਡੇ ਸ਼ੋਅ ਵਿੱਚ ਆਏ ਔਰ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਕਰਨਾ ਚਾਹੁੰਦੀ ਹਾਂ ਸਭ ਤੋਂ ਪਹਿਲੇ ਜੀ ਸ਼ਰਨ ਜੀ ਦਾ, ਨਵਜੋਤ ਮੈਮ ਦਾ, ਮਾਨਕ ਗਰੋਵਰ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੁਲਾਇਆ, ਪੰਜਾਬ ਪਲੱਸ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਇੱਡਾ ਵੱਡਾ ਮਾਣ ਮਹਿਸੂਸ ਕਰਵਾਇਆ ਇੱਥੇ ਬੁਲਾ ਕੇ, ਦਿਲੋਂ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।